ਇਹ ਹੈ ਦਰਬਾਰ ਅਸਲ ਜਿਹੜੀ ਮਾਈ ਦੀ ਜਾਤ ਤੋਂ ਮਸ਼ਹੂਰ ਹੈ ਇਹਨਾਂ ਦਾ ਨਾਮ ਚਲੋ ਗੰਦਮ ਦੀ ਕਟਾਈ ਜਾ ਦੇ ਇਤਿਹਾਸ ਦੇ ਵਿੱਚੋਂ ਸ਼ਹਿਰ ਦੇ ਵਿੱਚ ਅਸੀਂ ਹੁਣ ਇਹ ਹੈ ਦਰਬਾਰ ਅਸਲ ਜਿਹੜੀ ਮਾਈ ਦੀ ਜਾਤ ਤੋਂ ਮਸ਼ਹੂਰ ਹੈ ਇਹਨਾਂ ਦਾ ਨਾਮ ਨੇਕ ਬਖਤ ਬੀਬੀ ਹੈ ਅਤੇ ਲੇਕਿਨ ਇਹਨਾਂ ਦੀ ਹਿਸਟਰੀ ਅੱਜ ਤੱਕ ਹੀ ਨਹੀਂ ਪਤਾ ਲੱਗ ਸਕੀ ਕਿ ਇਹ ਕਿਹੜੇ ਇਲਾਕੇ ਤੋਂ ਕਿਹੜੀ ਜਾਤ ਤੋਂ ਬੜੀ ਬੜੀ ਦੂਰ ਲੋਕ ਮੰਨਤਾਂ ਮੁਰਾਦਾਂ ਇੱਥੇ ਗਿਣ ਕੇ ਆਉਣ ਅਤੇ ਆਪਣੀ ਮਨ ਦੀ ਮੁਰਾਦ ਹਾਸਲ ਕਰ ਵੈਨਣ ਇਹਨਾਂ ਦੇ ਦਰਬਾਰ ਉੱਤੋਂ ਓਪਨ ਹੈ ਉੱਤੋਂ ਇਹਦੀ ਕੋਈ ਛੱਤ ਛੱਤ ਦਾ ਕੋਈ ਸੀਨ ਕਹਿ ਨਹੀਂ ਬਣਾਉਣ ਦੀ ਕਈ ਦਫ਼ਾ ਅਸੀਂ ਕੋਸ਼ਿਸ਼ ਹੀ ਕੀਤੀ ਹੈ ਲੇਕਿਨ ਨਹੀਂ ਬਣਾ ਸਕੇ ਅੱਜ ਤਾਂ ਜਿਵੇਂ ਖੜ੍ਹੇ ਹੈ ਆਸਾਨ ਕਿਤੇ ਤੱਕ ਛੋਟਾ ਜਿਹਾ ਖਿਡੌਣਾ ਮੈਂ ਪਸੰਦ ਆਏ ਤਾਂ ਪਤਾ ਉਹ ਖਿਡੌਣੇ ਨਾਲ ਕਿਤਨੀ ਜ਼ਿੱਦ ਕਰਦਾ ਹੈ ਉਹ ਗਿਣ ਗਿੰਦੇ ਹੈ ਇਹ ਇੱਥਾਂ ਇੱਕ ਮੈਂ ਕੋਈ ਟਰੱਕ ਪਸੰਦ ਆਏ ਉਹਨੇ ਕਿਤੇ ਛੋਟਾ ਜਿਹਾ ਸਰ ਜੀ ਮੈਂ ਕੋਈ ਦੱਸੋ ਕਿਤਨੇ ਦਾ ਹੈ ਚਲੋ ਜਿਤਨੇ ਦਾ ਵੀ ਹੈ ਦਿਓ ਮੇਰਾ ਨਿੱਕਾ ਉਹ ਖਿਡੌਣੇ ਦਾ ਬੜਾ ਸ਼ੌਕੀਨ ਹੈ ਤੁਸੀਂ ਕਹੀਂ ਵੀ ਮਜ਼ਾਰ ਸ਼ਰੀਫ 'ਤੇ ਕਿੱਥੇ ਵੀ ਵੈਸੇ ਹੋਣਾ ਤੁਹਾਨੂੰ ਇਹ ਕਿਸਮ ਦਾ ਜਾਲ ਜਾਂ ਕੋਈ ਸਰਾਇਕੀ ਦੇ ਵਿੱਚ ਆਉਂਦੇ ਤੁਹਾਨੂੰ ਇਹ ਦਰਖਤ ਬਹੁਤ ਜ਼ਿਆਦਾ ਨਜ਼ਰ ਆਸਣ ਉੱਥਾਂ ਇਹਦੀ ਕਦੀਮੀ ਹਿਸਟਰੀ ਹੈ ਜਾਲ ਦੀ ਵੀ ਕੋਈ ਪਤਾ ਨਹੀਂ ਕਿੱਥੋਂ ਆਉਂਦੇ ਅਤੇ ਕਿਵੇਂ ਬਣਦਾ ਹੈ ਆਸਾਨ ਕਿਤੇ ਕੋਈ ਚੀਜ਼ਾਂ ਗਿਣ ਕੇ ਦੇਣ ਹਰ ਸਾਲ ਤਕਰੀਬਨ ਜਿਹੜਾ ਈਦ ਵਾਲਾ ਚੰਨ ਹੁੰਦਾ ਹੈ ਈਦ ਉਲ ਫਿਤਰ ਵਾਲਾ ਹੁੰਦੀ 10,000 ਕੋਈ ਥਾਂ ਉਰਸ ਲੱਗਦਾ ਹੁੰਦਾ ਹੈ ਬਹੁਤ ਵੱਡਾ ਉਰਸ ਲੱਗਦਾ ਹੁੰਦਾ ਹੈ ਠੀਕ ਹੈ ਇਹ ਈਂ ਪਾਸ ਜਿਹੜੀ ਇਹ ਦਰਬਾਰ ਸ਼ਰੀਫ ਹੈ ਪੀਰ ਜਹਾਨ ਸ਼ਾਹ ਸਾਹਿਬ ਦੀ ਹੈ ਉਹ ਜਿਹੜੀ ਹੈ ਉਹ ਅਸਲ ਮਾਈ ਦੀ ਜਾਹ ਹੈ ਜਿਹੜੀ ਮਸ਼ਹੂਰ ਹੈ ਉਹ ਦਰਬਾਰ ਹੈ ਨੇਕ ਬਖਤ ਬੀਬੀ ਵਾਲੀ ਇਹ ਹੁਸੈਨ ਸ਼ਾਹ ਵਾਲਾ ਅੱਡਾ ਵੀ ਈਂ ਸ਼ਾਹ ਵਾਲੀ ਮਸ਼ਹੂਰ ਹੈ ਇੱਥੋਂ ਦੀ ਠੀਕ ਹੈ ਇਹ ਜੀ ਹਜ਼ਰਤ ਹਾਜੀ ਪੀਰ ਸ਼ਾਹ ਜਹਾਨ ਸਾਹਿਬ ਹਨ ਇਹਨਾਂ ਦਾ ਸ਼ਜਰਾ ਨਸਬ ਤੁਹਾਨੂੰ ਦਿਖੇਣੇ ਹੈ ਕਿ ਹਜ਼ਰਤ ਅਬਦੁਲ ਮੁਤਲਬ ਹੈ ਤੋਂ ਸ਼ੁਰੂ ਥੀਂਦੇ ਅਤੇ ਆਖਰ ਤੇ ਜਿਹੜੇ ਫਿਲਹਾਲ ਆਖਰੀ ਇਹਨਾਂ ਦੇ ਚੱਲਦੇ ਪਏ ਪੀਰ ਹਾਫਿਜ਼ ਜਾਫਰ ਬਾਦਸ਼ਾਹ ਸਾਹਿਬ ਠੀਕ ਹੈ ਇਹ ਬਹੁਤ ਮਸ਼ਹੂਰ ਦਰਬਾਰ ਇਹਨਾਂ ਦੀ ਇਹ ਵੀ ਇਹਦੇ ਜਿਹੜੇ ਸ਼ਜਰਾ ਨਸਬ ਇਹਨਾਂ ਦਾ ਚੱਲਦਾ ਆਉਂਦੇ ਹਜ਼ਰਤ ਅਬਦੁਲ ਮੁਤਲਬ ਤੋਂ ਹਜ਼ਰਤ ਅਬਦੁਲ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੋਂ ਇਹ ਮਤਲਬ ਜੱਦੀ ਪੁਸ਼ਤੀ ਸੈਯਦ ਨੇ ਇਹ ਵੀ ਜਿਵੇਂ ਜਿਵੇਂ ਉਹਨਾਂ ਦੇ ਬਾਹਰ ਖਾਨਦਾਨ ਦੇ ਅਫਰਾਦ ਹਨ ਹਰ ਕਈ ਆਪਣੇ ਆਪਣੇ ਨਾਲ ਨਾਲ ਉਵੇਂ ਮਜ਼ਾਰ ਸ਼ਰੀਫ ਬਣਾਉਂਦੇ ਹਨ ਮੁਹੰਮਦ ਅਲੀ ਸ਼ਾਹ ਸਾਹਿਬ ਇਹ ਵੀ ਖੱਗਾ ਬਰਾਦਰੀ ਦੇ ਨਾਲ ਹਨ ਇਹ ਤਕਰੀਬਨ ਹਨ ਸਾਰੇ ਖੱਗਾ ਬਰਾਦਰੀ ਦੇ ਨਾਲ ਅਸੀਂ ਮਜ਼ਾਰ ਸ਼ਰੀਫ ਅਤੇ ਜਿਹੜੇ ਇਹ ਪਾਸੋਂ ਵੀ ਦੇਖ ਗਏ ਤਰੇ ਚਾਰ ਹਨ ਇੱਥਾਂ ਵੀ ਹਨ ਮੈਂ ਕਾਫੀ ਜਗ੍ਹਾ 'ਤੇ ਵਿਜ਼ਿਟ ਕੀਤਾ ਬੜੀ ਬੜੀ ਜਗ੍ਹਾ 'ਤੇ ਗਈਆਂ ਲੇਕਿਨ ਇੱਥੇ ਇਕੱਠੇ ਮਜ਼ਾਰ ਸ਼ਰੀਫ ਮੈਂ ਕੋਈ ਨਜ਼ਰ ਨਹੀਂ ਆਏ ਜਿੱਥੇ ਕਿ ਇਹ ਇੱਕ ਜਾਤ 'ਤੇ ਨਜ਼ਰ ਆ ਗਏ ਹਨ ਅੱਲਾਹ ਤਾਲਾ ਇਹਨਾਂ ਵਲੀਆਂ ਦੇ ਸਦਕੇ ਇਹ ਦੁਨੀਆ ਕੋ ਆਬਾਦ ਕੀਤਾ ਹੋਏ ਈ ਦਰਬਾਰ ਸ਼ਰੀਫ ਦੇ ਉੱਤੇ ਜਰਨ ਵੀ ਇਹਨਾਂ ਛੱਤ ਬਣਾਉਣ ਦੀ ਕੋਸ਼ਿਸ਼ ਕੀਤੀ ਢਹਿ ਪੈਂਦੀ ਹੈ ਈ ਵਾਸਤੇ ਕੋਈ ਨਾ ਬਿਲਕੁਲ ਓਪਨ ਛੋੜ ਦਿੱਤਾ ਹੈ ਇਹਦੀ ਹਿਸਟਰੀ ਤਾਰੀਖ ਜਿਹੜੀ ਹੈ ਨਾ ਇਹ ਜਿਹੜੀ ਦਰਬਾਰ ਸ਼ਰੀਫ ਤੁਸੀਂ ਇਹਦੇ ਪੈ ਪੈਣਾ ਇਹਦੀ ਜਰਨ ਵੀ ਨਾ ਛੱਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਛੱਤ ਢਹਿ ਪੈਂਦੀ ਹੈ ਛੱਤ ਇੱਥੇ ਨਹੀਂ ਪਾ ਸਕਦੇ ਬੜੀ ਕੋਸ਼ਿਸ਼ ਕੀਤੀ ਹੈ ਹੱਥੋਂ ਇਮਕਾਨ ਕੋਸ਼ਿਸ਼ ਕੀਤੀ ਨੇ ਕਿ ਇਹਦੀ ਛੱਤ ਬਣਾ ਰਹੇ ਉੱਤੋਂ ਲੇਕਿਨ ਇਹ ਨਹੀਂ ਕਾਮਯਾਬ ਥੀ ਢਹਿ ਪੈਂਦੀ ਹੈ ਫੌਰਨ ਫੌਰਨ ਈ ਵਾਸਤੇ ਇਹਨਾਂ ਈ ਦਰਬਾਰ ਸ਼ਰੀਫ ਨੂੰ ਇਵੇਂ ਬਗੈਰ ਛੱਤ ਤੋਂ ਹੀ ਛੋੜ ਦਿੱਤੇ ਬਾਕੀ ਈ ਪਾਸੋਂ ਜਿਤਨੇ ਵੀ ਉਹਨਾਂ ਸਾਰਿਆਂ ਦੀ ਛੱਤਾਂ ਹਨ ਪਈਆਂ ਇਹ ਵੀ ਉਹਨਾਂ ਛੱਤ ਛੋੜੀਏ ਲੇਕਿਨ ਉਹਦੀ ਕਹਿ ਨਹੀਂ ਠੀਕ ਹੈ ਇਹ ਲੋਕ ਬੜੀ ਬੜੀ ਦੂਰੋਂ ਇੱਥੋਂ ਸਿੰਧ ਤੱਕ ਲੋਕ ਇੱਥਾਂ ਈ ਮਾਈ ਦੀ ਜਾ ਵਾਸਤੇ ਆਨੰਦ ਦਰਬਾਰ ਨੇਕ ਬਖਤ ਬੀਬੀ ਇਹਨਾਂ ਦਾ ਨਾਮ ਮਸ਼ਹੂਰ ਹੈ ਇਹਨਾਂ ਦੀ ਹਿਸਟਰੀ ਕੋਈ ਪਤਾ ਕਹਿ ਨਹੀਂ ਸਰਗੋਦੇ ਤੱਕ ਲੋਕ ਗਏ ਇਹਨਾਂ ਦਾ ਸ਼ਜਰਾ ਉਹ ਤੱਕ ਵੰਜ ਕੇ ਵਹਿੰਦਾ ਪਿਆ ਲੇਕਿਨ ਅੱਗਾਂ ਵੰਜ ਕੇ ਇਹਨਾਂ ਕੋਈ ਸਮਝ ਨਹੀਂ ਆਉਂਦੀ ਪਈ ਕਿ ਕਿਸੇ ਤੱਕ ਇਹਨਾਂ ਦੀ ਹਿਸਟਰੀ ਵਹਿੰਦੀ ਪਈ ਹੈ ਇਹ ਮਸਜਿਦ ਦਾ ਇਹ ਹਾਤਾ ਵੀ ਹੈ ਪਿਆ ਇਹ ਈ ਪਾਸ ਉਹਨਾਂ ਦੀ ਰਿਹਾਇਸ਼ ਹਨ ਇਹ ਸਾਹਮਣੇ ਡੇਰਾ ਜਿੱਥੇ ਪੀਰ ਬਹਿਨ ਬਾਨਨ ਮਾਸ਼ਾ ਅੱਲਾ ਇਹ ਕਬੂਤਰਾਂ ਦੀ ਖੁੱਡਾ ਕਬੂਤਰ ਇੱਥਾਂ ਹਨ ਪਏ ਇਹਦੇ ਉੱਪਰ ਪੰਜਾਬ ਜੋ ਮਸ਼ੀਨ ਇੱਥਾਂ ਆ ਕੇ ਖੜ੍ਹ ਗਏ ਹਨ ਹਰ ਹਰ ਸਟਾਫ 'ਤੇ ਦੂਰੋਂ ਚਾਰ ਚਾਰ ਮਸ਼ੀਨਾਂ ਨੇ ਖੜ੍ਹਿਆ ਹੋ ਸਨ ਇੱਥਾਂ ਆ ਕੇ ਮੈਂਟੇਨੈਂਸ ਕਰ ਕੇ ਜਿਵੇਂ ਜਿਵੇਂ ਜਾ ਕੋਈ ਜ਼ਰੂਰਤ ਆਉਂਦੀ ਉਵੇਂ ਛੱਡੀ ਆਉਂਦੇ ਇਹਨਾਂ ਕੋਲ